देख रहे हो सांझ टीवी न्यूज पोर्टल। अज सारे देश च रंगां दा त्यौहार होली मनाई जा रही है। इसे तरह जलंधर विखे खास करके नौजवानों विच इस त्यौहार नूं लैके काफी उत्साह देखन नूं मिलिया। इस मौके नौजवानों ने टोल दी थाप ते खूब भंगड़े पाए अते इक दूजे ते रंग भी लगाए। दूजे पासे इस त्यौहार नूं लैके सुरक्षा व्यवस्था भी पूरी तरह चौकस नजर आई। ਕੈਨੇਡਾ ਜਾ ਰਿਹਾ ਸੀਗਾ ਤਾਂ ਲਾਸਟ ਟੋਲੀ ਸੀ ਤਾਂ ਇੰਜੋਏ ਕਰ ਰਹੇ ਸੀ ਫਰੈਂਡਸ ਨਾਲ, ਘਰਦਿਆਂ ਤੋਂ ਸ਼ੁਰੂਆਤ ਕੀਤੀ ਸੀ, ਹੁਣ ਫਰੈਂਡਸ ਨਾਲ ਇੰਜੋਏ ਕਰ ਰਹੇ ਹਾਂ। ਆਸਥਾ ਜੀ, ਕਿਸ ਤਰ੍ਹਾਂ ਹੋਲੀ ਮਨਾ ਰਹੇ ਹੋ ਅੱਜ? ਹੋਲੀ ਦਾ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ, ਹੋਲੀ ਮਨਾ ਰਹੇ ਹਾਂ ਤਾਂ ਅਸੀਂ ਆਪਣਾ ਬਹੁਤ ਚਾਰ ਜਣੇ ਫਰੈਂਡਸ ਇੰਜੋਇਮੈਂਟ ਕਰ ਰਹੇ ਹਾਂ ਅਸੀਂ ਆਪਣਾ। ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਕੋਈ ਲੋਕ ਸੜਕਾਂ 'ਤੇ ਹੁੱਲੜਬਾਜ਼ੀ ਕਰਦੇ? ਹਾਂਜੀ ਹਾਂਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਸ ਅਸੀਂ ਇਹ ਕਹਿਣਾ ਚਾਹਵਾਂਗੇ ਕਿ ਗਰਲਜ਼ ਰਿਸਪੈਕਟ ਕਰੋ ਅਤੇ ਉਹਨਾਂ ਨੂੰ ਕੋਈ ਹਾਰਮ ਨਾ ਕਰੇ ਬਸ, ਅਤੇ ਇੰਜੋਏ ਕਰੋ ਹੋਲੀ। ਬਹੁਤ ਜਿੱਦਾਂ ਖਲੇਰਾ ਪੈਂਦਾ, ਕਾਫੀ ਕੁਛ ਲੱਗ ਰਿਹਾ। ਹਾਂਜੀ, ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।